ਮਹਾ ਕਾਰਟੂਨ ਟੀਵੀ। ਸਤਿ ਸ਼੍ਰੀ ਅਕਾਲ ਬੱਚੋ, ਅੱਜ ਮੈਂ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਵਾਂਗੀ ਜਿਹਦਾ ਨਾਂ ਹੈ ਕਬਰਸਤਾਨ ਦਾ ਭੂਤ। ਕਿਸੇ ਪਿੰਡ ਦੇ ਕੋਲ ਇੱਕ ਕਬਰਸਤਾਨ ਸੀ। ਰਾਤ ਨੂੰ ਉਧਰੋਂ ਬੜੀ ਡਰਾਉਣੀ ਆਵਾਜ਼ਾਂ ਆਉਂਦੀਆਂ ਸਨ। ਆਵਾਜ਼ ਇੰਨੀਆਂ ਤੇਜ਼ ਹੁੰਦੀ ਸੀ ਕਿ ਪਿੰਡ ਦੇ ਲੋਕੀ ਆਰਾਮ ਨਾਲ ਉਸ ਆਵਾਜ਼ ਨੂੰ ਸੁਣ ਸਕਦੇ ਸਨ। ਪਿੰਡ ਦੇ ਲੋਕੀ ਰਾਤੀ ਤਾਂ ਇਕੱਲੇ ਜਾਣ ਤੋਂ ਡਰਦੇ ਸੀ, ਪਰ ਦਿਨੇ ਵੀ ਉੱਥੇ ਜਾਣ ਤੋਂ ਉਹਨਾਂ ਦੀ ਰੂਹ ਕੰਬ ਉੱਠਦੀ ਸੀ। ਕਬਰਸਤਾਨ ਦਾ ਖੌਫ ਪਿੰਡ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ। ਇੱਕ ਦਿਨ ਕਬਰਸਤਾਨ ਵਿੱਚ ਰਹਿਣ ਵਾਲਾ ਜਿੰਗੂਰਾ ਨਾਂ ਦਾ ਭੂਤ ਪਿੰਡ ਜਾਣ ਦੀ ਯੋਜਨਾ ਬਣਾਉਂਦਾ ਹੈ। ਅੱਜ ਕੱਲ ਤਾਂ ਲੋਕਾਂ ਨੇ ਕਬਰਸਤਾਨ ਦੇ ਰਸਤੇ ਤੋਂ ਆਣਾ ਜਾਣਾ ਹੀ ਬੰਦ ਕਰਤਾ। ਬੜੇ ਹੀ ਦਿਨ ਹੋ ਗਏ, ਮੈਂ ਕਿਸੇ ਨੂੰ ਡਰਾਇਆ ਨਹੀਂ। ਹੁਣ ਤਾਂ ਮੈਨੂੰ ਪਿੰਡ ਜਾ ਕੇ ਹੀ ਲੋਕਾਂ ਨੂੰ ਡਰਾਉਣਾ ਪਵੇਗਾ। ਇਹ ਸੋਚ ਕਰ ਜਿੰਗੂਰਾ ਪਿੰਡ ਦੇ ਰਸਤੇ ਤੁਰ ਪੈਂਦਾ ਹੈ। ਜਿਵੇਂ ਹੀ ਜਿੰਗੂਰਾ ਪਿੰਡ ਪਹੁੰਚਦਾ ਹੈ, ਉਹ ਵੇਖਦਾ ਹੈ ਕਿ ਚਾਰੋਂ ਤਰਫ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਤੇ ਬੱਚੇ ਵੀ ਹੱਸ ਖੇਡ ਰਹੇ ਹਨ। ਵਾਹ ਜੀ ਵਾਹ, ਪਿੰਡ ਤਾਂ ਬੜਾ ਹੀ ਖੂਬਸੂਰਤ ਹੈ। ਇੱਥੇ ਤਾਂ ਬਹੁਤ ਸਾਰੇ ਲੋਕੀ ਵੀ ਹੈ, ਇਹਨਾਂ ਨੂੰ ਡਰਾਉਣ ਵਿੱਚ ਤਾਂ ਬੜਾ ਹੀ ਮਜ਼ਾ ਆਊਗਾ। ਇਹ ਸੋਚ ਕੇ ਜਿੰਗੂਰਾ ਜ਼ੋਰ ਜ਼ੋਰ ਤੋਂ ਹੱਸਣ ਲੱਗ ਪਿਆ। ਉਸ ਦੀ ਡਰਾਉਣੀ ਹੱਸੀ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕੀ ਬਹੁਤ ਡਰ ਜਾਂਦੇ ਹਨ। ਹੈ, ਇਹ ਆਵਾਜ਼ ਕਿਉਂ ਜਈ ਸੀ? ਇਵੇਂ ਲੱਗਿਆ ਜਿਵੇਂ ਕੋਈ ਭੂਤ ਹੱਸ ਰਿਹਾ ਸੀ। ਓ ਮੂਰਖ ਬੰਦੇ, ਮੈਂ ਭੂਤ ਹੀ ਹਾਂ, ਕਬਰਸਤਾਨ ਦਾ ਭੂਤ। ਸਭ ਮੈਨੂੰ ਚੰਗੂਰਾ ਦੇ ਨਾਂ ਤੋਂ ਜਾਣਦੇ ਆ। ਲੱਗਦਾ ਹੈ ਕੋਈ ਬੱਚਾ ਫਿਰ ਕੀ ਲੈ ਰਿਹਾ ਹੈ। ਅੱਜ ਕੱਲ ਦੇ ਬੱਚੇ ਵੀ ਬੜੇ ਸ਼ਰਾਰਤੀ ਹੋ ਗਏ ਨੇ। ਹਾਂ, ਤੁਸੀਂ ਸਹੀ ਕਹਿ ਰਹੇ ਹੋ, ਅੱਜ ਕੱਲ ਦੇ ਬੱਚਿਆਂ ਦੀ ਸ਼ਰਾਰਤਾਂ ਬਹੁਤ ਵੱਧ ਗਈਆਂ ਨੇ। ਇਸ ਦਾ ਮਤਲਬ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ। ਤੁਸੀਂ ਹੁਣੇ ਰੁਕੋ, ਹੁਣੇ ਤੁਹਾਨੂੰ ਦਿਖਾਉਣਾ ਦਿਨੇ ਤਾਰੇ। ਜਿੰਗੂਰਾ ਪਿੰਡ ਵਾਸੀਆਂ ਦੇ ਸਾਹਮਣੇ ਆ ਗਿਆ। ਲੋਕੀ ਉਹਨੂੰ ਵੇਖ ਕੇ ਬਹੁਤ ਡਰ ਗਏ। ਜਿੰਗੂਰਾ ਦੋਵੇਂ ਆਦਮੀਆਂ ਨੂੰ ਹਵਾ ਵਿੱਚ ਲਟਕਾ ਦਿੰਦਾ ਹੈ। ਇਹ ਸਭ ਵੇਖ ਕੇ ਆਲੇ ਦੁਆਲੇ ਦੇ ਲੋਕੀ ਡਰਦੇ ਹੋਏ ਆਪਣੇ ਘਰਾਂ ਵੱਲ ਭੱਜਣ ਲੱਗ ਪੈਂਦੇ ਹਨ। ਜਿੰਗੂਰਾ ਲੋਕਾਂ ਨੂੰ ਡਰਾ ਹੋਇਆ ਵੇਖ ਬੜਾ ਹੀ ਖੁਸ਼ ਹੁੰਦਾ ਹੈ ਅਤੇ ਉਹਨਾਂ ਦੋਵਾਂ ਆਦਮੀਆਂ ਨੂੰ ਹੇਠਾਂ ਲਿਆਂਦਾ ਹੈ। ਉਹ ਦੋਵੇਂ ਵੀ ਉਸ ਤੋਂ ਡਰ ਕੇ ਉੱਥੋਂ ਭੱਜ ਜਾਂਦੇ ਹਨ। ਇੱਥੋਂ ਦੇ ਲੋਕੀ ਤਾਂ ਪਹਿਲਾਂ ਹੀ ਇੰਨੇ ਡਰਪੋਕ ਨੇ, ਮੈਨੂੰ ਲੱਗਦਾ ਇਹਨਾਂ ਨੂੰ ਡਰਾਉਣ ਲਈ ਮੈਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ, ਇਹ ਤਾਂ ਵੈਸੇ ਹੀ ਡਰੇ ਪਏ ਹੈ, ਹੋਰ ਕੀ। ਇਹ ਸੋਚਦੇ ਹੋਏ ਜਿੰਗੂਰਾ ਪੂਰੇ ਪਿੰਡ ਵਿੱਚ ਆਪਣਾ ਖੌਫ ਪੈਦਾ ਕਰ ਦਿੰਦਾ ਹੈ। ਕਈ ਵਾਰੀ ਤਾਂ ਉਹ ਪਿੰਡ ਦੇ ਪਾਲਤੂ ਜਾਨਵਰਾਂ ਨੂੰ ਗਾਇਬ ਕਰ ਦਿੰਦਾ ਹੈ ਤੇ ਕਈ ਵਾਰੀ ਉਹ ਰਾਤ ਦੇ ਹਨੇਰੇ ਵਿੱਚ ਲੋਕਾਂ ਨੂੰ ਡਰਾਉਂਦਾ ਹੈ। ਇੱਕ ਦਿਨ ਪਿੰਡ ਦੇ ਸਰਪੰਚ ਦਾ ਪੁੱਤਰ ਖੇਡਣ ਵੇਲੇ ਸੋਚਦਾ ਹੈ, ਇਹ ਭੂਤ ਦਾ ਕੀ ਚੱਕਰ ਹੈ, ਪਤਾ ਲਗਾਉਣਾ ਪਊਗਾ। ਉਸੇ ਵਕਤ ਜਿੰਗੂਰਾ ਆ ਜਾਂਦਾ ਹੈ। ਲੱਗਦਾ ਹੈ ਤੁਸੀਂ ਮੈਨੂੰ ਹੀ ਯਾਦ ਕਰ ਰਹੇ ਸੀ, ਵੇਖੋ ਮੈਂ ਆ ਗਿਆ ਤੁਹਾਡੇ ਮੂਹਰੇ। ਜਿੰਗੂਰਾ ਨੂੰ ਵੇਖ ਕੇ ਅਤੇ ਉਸ ਦੀ ਡਰਾਉਣੀ ਆਵਾਜ਼ ਨੂੰ ਸੁਣ ਕੇ ਉਹ ਉੱਥੋਂ ਡਰ ਕੇ ਭੱਜ ਜਾਂਦਾ ਹੈ। ਉਹ ਭੱਜਦੇ ਹੋਏ ਪਿੰਡ ਵਿੱਚ ਰਹਿਣ ਵਾਲੇ ਸਾਧੂ ਕੋਲ ਪਹੁੰਚਦਾ ਹੈ। ਪਾਰਥ ਨੂੰ ਬਹੁਤ ਡਰਿਆ ਹੋਇਆ ਵੇਖ ਸਾਧੂ ਬਾਬਾ ਉਸ ਤੋਂ ਪੁੱਛਦੇ ਹਨ, ਕੀ ਹੋਇਆ ਪਾਰਥ, ਤੁਸੀਂ ਇੰਨੇ ਡਰੇ ਹੋਏ ਕਿਉਂ ਹੋ? ਬਾਬਾ, ਮੈਂ ਉਹ ਚਿੰਗੂਰਾ ਨਾਂ ਦਾ ਭੂਤ ਵੇਖਿਆ, ਉਹਦੀ ਆਵਾਜ਼ ਤਾਂ ਬਹੁਤ ਹੀ ਡਰਾਉਣੀ ਹੈ। ਤੁਹਾਨੂੰ ਉਸ ਭੂਤ ਤੋਂ ਡਰਨ ਦੀ ਕੋਈ ਲੋੜ ਨਹੀਂ, ਸਾਡਾ ਸਾਰਿਆਂ ਦਾ ਡਰ ਹੀ ਉਸ ਦੀ ਤਾਕਤ ਹੈ। ਬਾਬਾ, ਮੈਂ ਕੁਝ ਸਮਝਿਆ ਨਹੀਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਨੂੰ ਇਹ ਯਕੀਨ ਦਿਲਵਾਉਣਾ ਚਾਹੁੰਦਾ ਹਾਂ ਕਿ ਇਸ ਭੂਤ ਦੀ ਸ਼ਕਤੀ ਦਾ ਰਾਜ਼ ਸਾਡਾ ਡਰ ਹੈ। ਜੇ ਅਸੀਂ ਉਸ ਤੋਂ ਨਹੀਂ ਡਰਾਂਗੇ ਤੇ ਉਹ ਭੂਤ ਸਾਡਾ ਕੁਝ ਵੀ ਨਹੀਂ ਵਿਗਾੜ ਪਾਏਗਾ। ਪਰ ਬਾਬਾ, ਇਸ ਨਾਲ ਉਹ ਭੂਤ ਪਿੰਡ ਤੋਂ ਨਹੀਂ ਛੱਡੇਗਾ, ਕੀ ਇਹੋ ਜਿਹਾ ਕੋਈ ਰਾਸਤਾ ਨਹੀਂ ਜਿਸ ਤੋਂ ਇਹ ਚਿੰਗੂਰਾ ਪਿੰਡ ਛੱਡ ਕੇ ਭੱਜ ਜਾਵੇ? ਹਾਂ, ਇੱਕ ਹੱਲ ਹੈ, ਪਰ ਇਹ ਥੋੜਾ ਮੁਸ਼ਕਿਲ ਹੈ। ਹੱਲ ਕੀ ਹੈ ਬਾਬਾ, ਕਿਰਪਾ ਕਰਕੇ ਦੱਸੋ। ਜੇ ਕੋਈ ਵਿਅਕਤੀ ਕਬਰਿਸਤਾਨ ਜਾਂਦਾ ਹੈ, ਉਸ ਦੀ ਕਬਰ ਦੀ ਮਿੱਟੀ ਲਾ ਕੇ ਉਸ ਦੇ ਉੱਤੇ ਸੁੱਟ ਦਿੰਦਾ ਹੈ, ਤਾਂ ਉਹ ਭੂਤ ਇੱਥੋਂ ਭੱਜ ਜਾਵੇਗਾ ਅਤੇ ਕਦੇ ਵਾਪਸ ਨਹੀਂ ਆਏਗਾ। ਪਰ ਬਾਬਾ, ਆਪਾਂ ਉਸ ਦੀ ਕਬਰ ਨੂੰ ਕਿਵੇਂ ਪਹਿਚਾਣਾਂਗੇ?
ਉੱਥੇ ਤਾਂ ਬਹੁਤ ਸਾਰੀ ਕਬਰ ਹੋਣਗੀਆਂ। ਕਬਰਿਸਤਾਨ ਦੀ ਸਾਰੀ ਕਬਰ ਤੇ ਇੱਕ ਪੱਥਰ ਹੁੰਦਾ ਹੈ ਜਿਸ ਤੇ ਉਸ ਕਬਰ ਵਿੱਚ ਦਫ਼ਨ ਹੋਏ ਵਿਅਕਤੀ ਦਾ ਨਾਂ ਲਿਖਿਆ ਹੁੰਦਾ ਹੈ। ਬਸ ਜਿਸ ਕਬਰ ਤੇ ਜਿੰਗੂਰਾ ਦਾ ਨਾਂ ਲਿਖਿਆ ਹੋਇਆ ਹੈ ਸਾਨੂੰ ਉਸੇ ਕਬਰ ਦੀ ਲੋੜ ਪਵੇਗੀ। ਠੀਕ ਹੈ ਬਾਬਾ, ਮੈਂ ਹੁਣੇ ਹੀ ਉਸ ਕਬਰ ਤੋਂ ਮਿੱਟੀ ਲੈ ਕੇ ਆਉਣਾ ਹਾਂ। ਇਹ ਕਹਿਣ ਤੋਂ ਬਾਅਦ ਪਾਰਥ ਸਿੱਧਾ ਕਬਰਿਸਤਾਨ ਵੱਲ ਤੁਰ ਪੈਂਦਾ ਹੈ। ਰਸਤੇ ਵਿੱਚ ਉਹਨੂੰ ਜਿੰਗੂਰਾ ਮਿਲਦਾ ਹੈ। ਕਿੱਧਰ ਜਾ ਰਹੇ ਹੋ? ਬੜੀ ਜਲਦੀ ਵਿੱਚ ਲੱਗ ਰਹੇ ਹੋ। ਪਾਰਥ ਬਿਨਾਂ ਕਿਸੇ ਡਰ ਦੇ ਉਹਦੇ ਸਵਾਲਾਂ ਦਾ ਜਵਾਬ ਦਿੰਦਾ ਹੈ। ਮੈਂ ਤੇਰੀ ਕਬਰ ਦੀ ਮਿੱਟੀ ਲੈਣ ਜਾ ਰਿਹਾ ਹੈ, ਤਾਂ ਹੀ ਤੈਨੂੰ ਮੁਕਤੀ ਮਿਲੇਗੀ। ਕੀ? ਮੇਰੀ ਕਬਰ ਦੀ ਮਿੱਟੀ? ਨਹੀਂ ਨਹੀਂ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਨਹੀਂ। ਜਿੰਗੂਰਾ ਉੱਥੋਂ ਗਾਇਬ ਹੋ ਜਾਂਦਾ ਹੈ ਤੇ ਕਬਰਿਸਤਾਨ ਜਾ ਕੇ ਉਹ ਆਪਣੇ ਕਬਰ ਤੇ ਪਏ ਪੱਥਰ ਨੂੰ ਹਟਾ ਦਿੰਦਾ ਹੈ। ਹੁਣ ਮੈਂ ਵੇਖਦਾ ਕਿ ਉਹ ਕਿੱਦਾਂ ਮੇਰੀ ਕਬਰ ਲੱਭਦੇ ਨੇ। ਜਿੰਗੂਰਾ ਉੱਥੋਂ ਚਲਾ ਜਾਂਦਾ ਹੈ ਤੇ ਫਿਰ ਪਾਰਥ ਉੱਥੇ ਪਹੁੰਚ ਜਾਂਦਾ ਹੈ। ਉਹ ਵੇਖਦਾ ਹੈ ਕਿ ਕਿਸੇ ਵੀ ਕਬਰ ਤੇ ਜਿੰਗੂਰਾ ਨਾਂ ਦਾ ਕੋਈ ਪੱਥਰ ਨਹੀਂ ਹੈ। ਉਹ ਸੋਚ ਵਿੱਚ ਪੈ ਜਾਂਦਾ ਹੈ। ਇੱਥੇ ਤਾਂ ਕਿਸੇ ਵੀ ਪੱਥਰ ਤੇ ਜਿੰਗੂਰਾ ਨਹੀਂ ਲਿਖਿਆ ਹੋਇਆ। ਉਸੇ ਵਕਤ ਉਹਦੀ ਨਜ਼ਰ ਇੱਕ ਕਬਰ ਤੇ ਪੈਂਦੀ ਹੈ। ਪਾਰਥ ਸਮਝ ਜਾਂਦਾ ਹੈ ਕਿ ਇਹ ਜਿੰਗੂਰਾ ਦੀ ਕਬਰ ਹੈ। ਉਹ ਉਸਦੀ ਕਬਰ ਪਿੰਡ ਲੈ ਜਾਂਦਾ ਹੈ। ਉਸੇ ਵਕਤ ਜਿੰਗੂਰਾ ਉੱਥੇ ਆ ਜਾਂਦਾ ਹੈ। ਕੀ ਹੋਇਆ, ਮਿੱਟੀ ਨਹੀਂ ਮਿਲੀ ਹੈ? ਮਿੱਟੀ ਤਾਂ ਮਿਲ ਗਈ, ਬਸ ਤੁਹਾਨੂੰ ਹੀ ਲੱਭ ਰਿਹਾ ਸੀ। ਇਹ ਕਹਿਣ ਤੋਂ ਬਾਅਦ ਪਾਰਥ ਜਿੰਗੂਰਾ ਤੇ ਮਿੱਟੀ ਸੁੱਟ ਦਿੰਦਾ ਹੈ ਅਤੇ ਜਿੰਗੂਰਾ ਵਾਪਸ ਆਪਣੇ ਕਬਰ ਤੇ ਚਲਾ ਜਾਂਦਾ ਹੈ। ਇਸ ਤਰ੍ਹਾਂ ਪਿੰਡ ਦੇ ਲੋਕੀ ਜਿੰਗੂਰਾ ਤੋਂ ਛੁਟਕਾਰਾ ਪਾ ਲੈਂਦੇ ਹਨ ਅਤੇ ਪਾਰਥ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈੱਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।